ਅਸਲਾਮ ਵਾਲੇਕੁਮ ਜੀ, ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਸੇਵ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ ਦੇ ਨਾਲ। ਅੱਜ ਮੈਂ ਆਇਆ ਹੋਇਆ ਕਿਲ੍ਹਾ ਗੁਜਰ ਸਿੰਘ। ਕਿਲ੍ਹਾ ਗੁਜਰ ਸਿੰਘ ਲਾਹੌਰ ਦਾ ਇੱਕ ਬਹੁਤ ਮਸ਼ਹੂਰ ਜਗ੍ਹਾ ਹੈ, ਜਿੱਥੇ ਕਿ ਸਿੱਖਾਂ ਦੇ ਬਹੁਤ ਜ਼ਿਆਦਾ ਘਰ ਹੁੰਦੇ ਸਨ। ਔਰ ਇਹ ਤੁਹਾਨੂੰ ਮੈਂ ਉਹਨਾਂ ਦੀਆਂ ਨਿਸ਼ਾਨੀਆਂ ਦਿਖਾ ਰਿਹਾ, ਔਰ ਆਰਕੀਟੈਕਚਰ ਜਿਹੜਾ ਬੜੇ ਵਾਜ਼ੇ ਤੌਰ ਦੇ ਉੱਤੇ ਦੱਸ ਰਿਹਾ ਕਿ ਇਹ ਸਿੱਖ ਆਰਕੀਟੈਕਚਰ ਹੈ। ਇਹ ਮੌਜੂਦਾ ਮੌਲਾ ਚੌਧਰੀਆਂ ਹੈ, ਠੀਕ ਹੈ ਜੀ। ਇਹ ਗੇਟ ਹੈ ਉਸ ਤੌਰ 'ਤੇ ਲੱਗਾ ਹੋਇਆ ਸਿੱਖ ਹਿਰਾ ਦਾ, ਜਦੋਂ ਇੱਥੇ ਲੈਣਾ ਸਿੰਘ ਰਹਿੰਦਾ ਸੀ। ਇਹ ਦੇਖੋ, ਇੱਕ ਤਾਂ ਰੋਇਲ ਦਰਬਾਰ ਦੇ ਵਿੱਚ ਹੁੰਦਾ ਸੀ ਮਹਾਰਾਜਾ ਰਣਜੀਤ ਸਿੰਘ ਦੇ, ਉਹ ਵਾਲਾ ਲੈਣਾ ਸਿੰਘ ਨਹੀਂ, ਇਹ ਦੂਸਰਾ ਲੈਣਾ ਸਿੰਘ ਹੈ। ਲੈਣਾ ਸਿੰਘ ਗੁੱਜਰ ਸੀ, ਭੰਗੀਆਂ ਮਿਸਲ ਦਾ ਸੀ, ਠੀਕ ਹੈ ਜੀ। ਇਹ ਉਹ ਮਿਸਲ ਸੀ ਜਿਹਨੇ ਲਾਹੌਰ ਦੇ ਵਿੱਚ ਬੜੀ ਅੱਤ ਚੁੱਕੀ ਸੀ, ਔਰ ਅੱਤਗਰਦੀ ਦੇ ਵਿੱਚ ਜਿਹੜੇ ਸਨ ਉਹ ਭੰਗੀਆਂ ਮਿਸਲ ਦੇ ਜਿਹੜੇ ਸਿੱਖ ਸਨ ਉਹ ਬੜੇ ਮਸ਼ਹੂਰ ਸਨ। ਇਹਨਾਂ ਕੋਲੋਂ ਤੰਗ ਆ ਕੇ ਔਰ ਅਫਗਾਨੀਆਂ ਤੋਂ ਤੰਗ ਆ ਕੇ ਹੀ ਮਹਾਰਾਜਾ ਰਣਜੀਤ ਸਿੰਘ ਨੂੰ ਲਾਹੌਰ ਦੇ ਲੋਕਾਂ ਨੇ ਜਿਹੜਾ ਹੈ ਇੱਥੇ ਬੁਲਾਇਆ ਸੀ ਕਿ ਵੀ ਤੁਸੀਂ ਆਓ ਔਰ ਲਾਹੌਰ ਦੇ ਤਖ਼ਤ ਦੇ ਉੱਤੇ ਜਿਹੜਾ ਹੈ ਕਬਜ਼ਾ ਕਰ ਲਵੋ। ਇਸ ਜਗ੍ਹਾ ਦੇ ਮੁਤਲਕ ਕਿਹਾ ਜਾਂਦਾ ਹੈ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਜਿਹੜਾ ਹੈ ਕਿਲ੍ਹਾ ਗੁਜਰ ਸਿੰਘ ਦੇ ਵਿੱਚ ਆਇਆ, ਔਰ ਕਿਲ੍ਹਾ ਗੁਜਰ ਸਿੰਘ ਦੇ ਜਿਸ ਵੇਲੇ ਉਹ ਆਇਆ ਅਤੇ ਸਰਦਾਰ ਲੈਣਾ ਸਿੰਘ, ਜਿਹਦੇ ਲੈਣਾ ਸਿਰਫ ਉਹਦਾ ਨਾਮ ਇਸ ਵਾਸਤੇ ਰੱਖਿਆ ਗਿਆ ਸੀ ਕਿਉਂਕਿ ਜਿਸ ਤੋਂ ਜੋ ਦਿਲ ਚਾਹੁੰਦਾ ਸੀ ਉਹ ਚੀਜ਼ ਲੈ ਲੈਂਦਾ ਸੀ ਔਰ ਉਹ ਵਾਪਸ ਨਹੀਂ ਸੀ ਲੈਂਦਾ। ਅਤੇ ਮਹਾਰਾਜਾ ਜੀ ਮਹਾਰਾਜਾ ਰਣਜੀਤ ਸਿੰਘ ਨੇ ਉਹਨੂੰ ਕਿਹਾ ਤੂੰ ਗਰੀਬਾਂ ਦਾ ਇਹ ਸਾਰਾ ਕੁਝ ਛੱਡ ਦੇ। ਇੱਕ ਬੁੱਢੀ ਔਰਤ ਨੇ ਫਰਿਆਦ ਕੀਤੀ ਤਖ਼ਤ ਲਾਹੌਰ ਜਾ ਕੇ ਕਿ ਬਈ ਤੂੰ ਕੈਸਾ ਮਹਾਰਾਜਾ ਹੈ ਕਿ ਜਿੱਥੇ ਜਿਹਦੀ ਆਵਾਮ ਜਿਹੜੀ ਹੈ ਉਹਦੇ ਕੋਲੋਂ ਦਿਨੇ ਦੁਪਹਿਰੇ ਕਿਲ੍ਹਿਆਂ ਤੋਂ ਮੱਝਾਂ ਖੋਲ੍ਹ ਕੇ ਲੋਕ ਲੈ ਜਾਂਦੇ ਨੇ। ਇਹ ਵਾਲ ਸਿਟੀ ਤੋਂ ਥੋੜ੍ਹਾ ਜਿਹਾ ਅੰਦਰੂਨ ਸ਼ਹਿਰ ਹੀ ਹੈ, ਲੇਕਿਨ ਵਾਲ ਸਿਟੀ ਤੋਂ ਥੋੜ੍ਹਾ ਜਿਹਾ ਦੂਰ ਹੈ। ਲੈਣੇ ਨੇ ਕਿਹਾ ਉਸ ਵੇਲੇ ਕਿ ਵੀ ਮੈਂ ਲੈਣਾ ਸਿੱਖਿਆ। ਮਹਾਰਾਜਾ ਰਣਜੀਤ ਸਿੰਘ ਆਪਣੇ ਘੋੜੇ 'ਤੇ ਨਿਕਲਿਆ ਔਰ ਸ਼ਹਿਰ ਆ ਗਿਆ, ਸ਼ਹਿਰ ਕਿਲ੍ਹਾ ਗੁਜਰ ਸਿੰਘ। ਔਰ ਜਦੋਂ ਕਿਲ੍ਹਾ ਗੁਜਰ ਸਿੰਘ ਦੇ ਵਿੱਚ ਉਹ ਪਹੁੰਚਦਾ ਤਾਂ ਉਹਨੂੰ ਕਿਹਾ ਜਾਂਦਾ ਉਹ ਲੈਣੇ ਤੂੰ ਕਿੱਥੇ ਹੈ, ਇਹ ਆਪਣੇ ਛੱਜੇ 'ਚੋਂ ਬਾਹਰ ਨਿਕਲਦਾ। ਛੱਜਾ ਤਾਂ ਮੌਜੂਦ ਨਹੀਂ ਹੈ, ਹਵੇਲੀ ਵੀ ਹੁਣ ਉਹ ਮੌਜੂਦ ਨਹੀਂ ਹੈ ਜਿੱਥੋਂ ਬਾਹਰ ਨਿਕਲਿਆ। ਔਰ ਨਿਕਲ ਕੇ ਉਸਨੇ ਕਿਹਾ ਕਿ ਬਈ ਹਾਂ ਕੌਣ ਹੈ, ਉਹਨੇ ਕਿਹਾ ਮੈਂ ਮਹਾਰਾਜਾ ਰਣਜੀਤ ਸਿੰਘ ਸੁਕਰ ਚੱਕੀਆ, ਤੂੰ ਮੇਰਾ ਨਾਮ ਨਹੀਂ ਸੁਣਿਆ। ਉਹਨੇ ਕਿਹਾ ਸੁਣਿਆ। ਉਹਨੇ ਕਿਹਾ ਮੇਰਾ ਨਾਮ ਵੀ ਸੁਣਿਆ ਤੂੰ? ਉਹਨੇ ਕਿਹਾ ਹਾਂ, ਤੇਰਾ ਨਾਮ ਲੈਣਾ ਸਿੰਘ ਔਰ ਤੂੰ ਭੰਗੀਆਂ ਮਿਸਲ ਲੈ, ਸੁਣਿਆ ਬੜੀ ਅੱਤ ਚੁੱਕੀ ਹੈ ਲਾਹੌਰ ਦੇ ਵਿੱਚ। ਇੱਕ ਮਸਜਿਦ ਹੈ, ਉਸੇ ਹੀਰਾ ਦੀ ਹੈ, ਬਹੁਤ ਖੂਬਸੂਰਤ ਮਸਜਿਦ ਹੈ, ਵੈਲ ਮੇਨਟੇਨ ਹੈ। ਇਹ ਕੁਛ ਫਾਰਸੀ ਦੇ ਸਕ੍ਰਿਪਟ ਜਿਹੜੇ ਨੇ ਉਹ ਲਿਖੇ ਹੋਏ ਨੇ ਇੱਥੇ, ਜਿਵੇਂ ਮਸਜਿਦ ਮੁਹੱਲਾ ਚੌਧਰੀਆਂ। ਉਹੀ ਰੱਖ ਰਖਾਓ, ਉਹੀ ਸਭ ਕੁਛ ਹੈ ਜੋ ਕਿ ਸਿੱਖ ਪੀਰੀਅਡ ਦੇ ਵਿੱਚ ਸੀ। ਫਕੀਰ ਖਾਨਾ ਮਿਊਜ਼ੀਅਮ 'ਚ ਅਗਰ ਜਾਏ ਕੋਈ ਤਾਂ ਇਸ ਮਸਜਿਦ ਦਾ ਸੇ ਬਾਕਾਇਦਾ ਗ੍ਰਾਂਟ ਜਾਰੀ ਹੁੰਦੀ ਸੀ। ਕਿਲ੍ਹਾ ਗੁਜਰ ਸਿੰਘ ਮੁਹੱਲਾ ਚੌਧਰੀਆਂ, ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਸੇਵ ਹਿਸਟੋਰੀਕਲ ਪਲੇਸਿਸ ਆਫ ਦੀ ਪਾਕਿਸਤਾਨ ਦੇ ਨਾਲ, ਸੇਵ
Gurdwaras and Temples of Pakistan, Sikh Period Footsteps, and Punjab Page. Dinal, main thoda apna host, Baba Ji. Gal ho rahi si, Lena Singh de mutalliq. Te Lena Singh unne kya, unne kya, main vi Sikh haan. Maharaja Ranjit Singh mera naam hai, aur meri misal hai, sukar chukiya. Aur main zulm nahi hon dena. Aapas vich cross talking hoi. Maharaja Ranjit Singh ne unnu ek din di mohlat ditti ki oh gareeb mai da sara kuch wapas de de, dangar bachcha da wapas de de. Lekin Sardar Lena Singh ne kya ke Lena ne aaj tak lena sikhya dena nahi sikhya. Mera naam hai Lena Singh aur main ethe da mashhoor gujar haan te main nahi dinda ja jo kuch karna kar la. ਤੇ ਅਖੀਰ ਇੱਕ ਦਿਨ ਫਿਰ ਮਹਾਰਾਜਾ ਰਣਜੀਤ ਸਿੰਘ ਜਦੋਂ ਆਪਣੀ ਫੌਜ ਦੇ ਨਾਲ ਇੱਥੇ ਕਿਲਾ ਗੁਜਰ ਸਿੰਘ ਚੜ੍ਹਾਈ ਕੀਤੀ ਅਤੇ ਲੈਣੇ ਸਿੰਘ ਕੋਲੋਂ ਸਾਰਾ ਕੁਝ ਖੋਹ ਲਿੱਤਾ ਗਿਆ. ਲੈਣੇ ਸਿੰਘ ਨੂੰ ਪਿਆਰ ਨਾਲ ਸਮਝਾਇਆ ਲੇਕਿਨ ਉਹਨੂੰ ਸਮਝ ਨਹੀਂ ਆਈ. ਉਸ ਤੋਂ ਬਾਅਦ ਫਿਰ ਲੈਣਾ ਸਿੰਘ ਨੂੰ ਜਿਹੜਾ ਉਹ ਕਤਲ ਕਰ ਦਿੱਤਾ ਗਿਆ. ਕਤਲ ਕਰਨ ਤੋਂ ਬਾਅਦ ਫਿਰ ਲਾਹੌਰ ਸ਼ਹਿਰ ਦੇ ਅੰਦਰ ਇਸ ਫਸੀਲ ਦੇ ਅੰਦਰ ਇੱਕ ਮਿਸਾਲ ਬੜੀ ਮਸ਼ਹੂਰ ਹੋਈ ਸੀ ਕਿ ਇੱਕ ਦਿਨ ਆਉਂਦਾ ਲੈਣੇ ਨੂੰ ਦੇਣੇ ਪੈਂਦੇ ਨੇ. ਇਹ ਉਹ ਜਗ੍ਹਾ ਹੈ ਜਿੱਥੇ ਦੀ ਮਿਸਾਲ ਹੈ ਜਿੱਥੋਂ ਅਖੀਰ ਲੈਣਾ ਸਿੰਘ ਨੂੰ ਦੇਣੇ ਪੈ ਗਏ. ਔਰ ਦੇਣੇ ਕਿਹਨੂੰ ਪਏ? ਪੂਰੇ ਸ਼ਹਿਰ ਨੂੰ ਸਾਰਾ ਕੁਛ ਉਹਦਾ ਵਾਪਸ ਕਰਨਾ ਪਿਆ ਜੋ ਕੁਛ ਉਹਨੇ ਸ਼ਹਿਰ ਕੋਲੋਂ ਲਿਆ ਸੀ. ਇਹ ਉਹ ਕਿਲਾ ਗੁਜਰ ਸਿੰਘ ਦੀ ਵਾਲ ਹੈ. ਇਹ ਗੇਟ ਹੈ ਮੇਨ. ਇਹ ਦੇਖੋ ਮੁਹੱਲਾ ਚੌਧਰੀਆਂ ਦਾ ਕਦੀਮੀ ਗੇਟ, ਉਹੀ ਗੇਟ ਜਿਹੜਾ ਕਿ ਕਦੀ ਤਾਰੀਖ ਦੇ ਵਿੱਚ ਹੁੰਦਾ ਸੀ, ਸਿੱਖ ਸ਼ਾਹੀਦ ਵਿੱਚ ਹੁੰਦਾ ਸੀ. ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਸੇਵ ਹਿਸਟੋਰੀਕਲ ਪਲੇਸਿਸ ਆਫ ਦੀ ਪਾਕਿਸਤਾਨ ਦੇ ਨਾਲ, ਸੇਵ ਗੁਰਦੁਆਰਾਸ ਐਂਡ ਟੈਂਪਲਸ ਆਫ ਪਾਕਿਸਤਾਨ, ਸਿੱਖ ਪੀਰੀਅਡ ਫੁੱਟ ਸਟੈਪਸ ਐਂਡ ਪਾਕਿਸਤਾਨ ਪੰਜਾਬ ਵਿੱਚ. ਔਰ ਇਹ ਹੈ ਮੇਰਾ ਪਾਕਿਸਤਾਨ. ਗੱਲ ਹੋ ਰਹੀ ਸੀ ਧਿਆਨ ਸਿੰਘ ਦੇ ਮੁਤਲਿਕ. ਇਸ ਤਰ੍ਹਾਂ ਧਿਆਨ ਸਿੰਘ ਦਾ ਖਾਤਮਾ ਹੋਇਆ ਔਰ ਕਿਲਾ ਗੁਜਰ ਸਿੰਘ ਵੀ ਜਿਹੜਾ ਉਹ ਲਾਹੌਰ ਤੱਕ ਦੇ ਅੰਡਰ ਆ ਗਿਆ. ਔਰ ਫਿਰ ਲੈਣੇ ਨੂੰ ਦੇਣੇ ਪੈ ਗਏ. ਐਸੀ ਉਹ ਜਗ੍ਹਾ ਜਿੱਥੋਂ ਨਿਕਲੀ ਅਖਾਣ, ਇੱਕ ਦਿਨ ਆਉਂਦਾ ਜਦੋਂ ਲੈਣੇ ਨੂੰ ਦੇਣੇ ਪੈਂਦੇ ਨੇ.